ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋ ਕੇ ਭਾਰਤ ਵਿੱਚ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਦੇਰ ਰਾਤ ਜਲੰਧਰ ਪਹੁੰਚਿਆ। CRPF ਗਰੁੱਪ ਸੈਂਟਰ ਸਰਾਏ ਖਾਸ ਜਲੰਧਰ ਦੇ DIG ਸ਼੍ਰੀ ਹਰਜਿੰਦਰ ਸਿੰਘ ਜੀ ਦੀ ਅਗਵਾਈ ਵਿੱਚ CRPF ਦੇ ਜਵਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਡੀ, ਸੂਬੇਦਾਰ ਮੇਜਰ ਮਨਜੀਤ ਸਿੰਘ, SGPC ਮੈਂਬਰ ਕੁਲਵੰਤ ਸਿੰਘ ਮੰਨਨ, ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਨੀਲਾ ਮਹਿਲ, ਪ੍ਰਧਾਨ ਰਣਜੀਤ ਸਿੰਘ ਰਾਣਾ, ਸੁੱਚਾ ਸਿੰਘ ਪ੍ਰਧਾਨ ਕਪੂਰਥਲਾ, ਬੀਬੀ ਤੁਰਲੋਚਨ ਕੌਰ, ਬਲਦੇਵ ਸਿੰਘ ਮਾਂਗਟ ਆਦਿ ਹਾਜ਼ਰ ਸਨ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਅੱਜ ਜਲੰਧਰ ਵਿੱਚ ਪਹੁੰਚ ਰਿਹਾ, ਔਰ ਮੈਂ ਦੇਖੀ ਕਿ ਮੈਨੂੰ ਸੰਭਾਲ ਥੋੜ੍ਹੀ ਜਿਹੀ ਕਿ ਜਦੋਂ 500 ਸਾਲਾ ਬਣਾਇਆ ਗਿਆ ਸੀ ਉਸ ਟਾਈਮ ਇਧਰੇ ਸਾਧਨ ਨਹੀਂ ਸਨ, ਪਰ ਜਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਸਾਧਨ ਦਿੱਤੇ ਨੇ, ਉਸੇ ਤਰੀਕੇ ਨਾਲ ਸੰਗਤ ਨੇ ਵੱਧ ਚੜ੍ਹ ਕੇ ਹਿੱਸਾ ਪਾ ਕੇ ਇਸ ਨਗਰ ਕੀਰਤਨ ਅਲੌਕਿਕ ਨਗਰ ਕੀਰਤਨ ਬਣਾ ਦਿੱਤਾ। ਮੈਂ ਆਪਣੀ ਲਾਈਫ ਦੇ ਵਿੱਚ ਇੰਨੀ ਸੰਗਤ ਸਿੱਖ ਸੰਗਤ ਨਹੀਂ ਦੇਖੀ ਜਿੰਨੀ ਸੰਗਤ ਮੈਂ ਆਪਣੇ ਕਰਤਾਰਪੁਰ ਜਿੱਧਰ ਆਉਂਦਿਆਂ ਸਿੱਖ ਸੰਗਤ ਸਵਾਗਤ ਲਈ ਖੜ੍ਹੀ ਹੈ, ਔਰ ਮੈਂ ਧੰਨਵਾਦ ਕਰਦਾ ਲੋਕਾਂ ਦਾ ਕਿ ਸਵੇਰੇ 6 ਵਜੇ ਦਾ ਟਾਈਮ, ਸ਼ਾਮ 6 ਵਜੇ ਦਾ ਟਾਈਮ ਸੀ, ਉਹ ਅੱਜ ਰਾਤ ਦੇ 2 ਵੱਜ ਗਏ ਨੇ ਅਤੇ ਸੰਗਤ ਉਸੇ ਤਰ੍ਹਾਂ ਵੱਧਦੀ ਜਾ ਰਹੀ ਹੈ ਸੜਕਾਂ 'ਤੇ। ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਇਸ ਨਗਰ ਕੀਰਤਨ 'ਚ ਆਪ ਅਗਵਾਈ ਕਰ ਰਹੇ ਨੇ, ਆਪ ਨਾਲ ਆ ਰਹੇ। 1 ਅਗਸਤ ਨੂੰ ਨਨਕਾਣਾ ਸਾਹਿਬ ਤੋਂ ਜੋ ਨਗਰ ਕੀਰਤਨ ਚੱਲਿਆ ਸੀ ਉਹ ਇੰਡੀਆ ਦੇ 5 ਤਖਤਾਂ ਦੇ ਵਿੱਚ ਹੁੰਦੇ ਹੋਏ ਅੱਜ ਜਿਹੜਾ ਬਾਬੇ ਬਕਾਲੇ ਤੋਂ ਚੱਲ ਕੇ ਕਰਤਾਰਪੁਰ ਦੀ ਧਰਤੀ 'ਤੇ ਨਗਰ ਕੀਰਤਨ ਪਹੁੰਚ ਚੁੱਕਾ। ਅਸੀਂ ਨਗਰ ਕੀਰਤਨ ਦੇ ਨਾਲ ਚੱਲਦੇ ਪਏ ਹਾਂ, ਔਰ ਨਗਰ ਕੀਰਤਨ ਦੇ ਵਿੱਚ ਇਤਨਾ ਸੰਗਤ ਦੇ ਵਿੱਚ ਉਤਸ਼ਾਹ ਆ ਜਿਸ ਤਰ੍ਹਾਂ ਕਿ ਨਨਕਾਣਾ ਸਾਹਿਬ ਦੀ ਧਰਤੀ ਤੋਂ ਗੁਰੂ ਨਾਨਕ ਸਾਹਿਬ ਆਪ ਚੱਲ ਕੇ ਆਏ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਨੇ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ ਆ, ਔਰ ਲੰਗਰ ਪ੍ਰਸ਼ਾਦੇ ਲਾਏ ਆ, ਥਾਂ ਥਾਂ ਸਵਾਗਤ ਹੁੰਦੇ ਪਏ, ਥਾਂ ਥਾਂ ਦੂਜੇ ਫੁੱਲਾਂ ਦੀ ਵਰਖਾ ਹੁੰਦੀ ਪਈ। ਮੈਂ ਕਹਾਂਗਾ ਗੁਰੂ ਨਾਨਕ ਸਾਹਿਬ ਦੀ ਉਪਮਾ ਬੜੀ ਵੱਡੀ ਆ, ਔਰ ਧੰਨ ਗੁਰੂ ਨਾਨਕ ਦੀ ਬੜੀ ਵੱਡੀ ਕਮਾਈ ਹੈ, ਅਤੇ ਜਿੱਦਾਂ ਸੰਗਤ ਦਰਸ਼ਨ ਦਿਦਾਰੇ ਕਰ ਰਹੀ ਹੈ ਤਾਂ ਮੈਂ ਅਰਦਾਸ ਕਰਦਾ ਇੱਦਾਂ ਹੀ ਪਰਮਾਤਮਾ ਗੁਰੂ ਨਾਨਕ ਸਾਹਿਬ ਜਿਹੜੇ ਸੰਗਤਾਂ ਨੂੰ ਖੁਸ਼ੀਆਂ ਖੇੜੇ ਬਖਸ਼ਦੇ ਰਹਿਣ, ਅਤੇ ਸੰਗਤਾਂ ਉਧਰ ਉਤਸ਼ਾਹ ਦੇ ਨਾਲ 550 ਸਾਲਾ ਜੋ ਗੁਰੂ ਨਾਨਕ ਸਾਹਿਬ ਦਾ ਉਹ ਚੜ੍ਹਦੀ ਕਲਾ ਵਿੱਚ 12 ਨਵੰਬਰ ਨੂੰ ਮਨਾਉਣ, ਔਰ ਸੰਗਤਾਂ ਜਾ ਕੇ ਗੁਰੂ ਨਾਨਕ ਸਾਹਿਬ ਦੀ ਧਰਤੀ ਸੁਲਤਾਨਪੁਰ ਦੇ ਦਰਸ਼ਨ ਦਿਦਾਰੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਦੁਨ ਜਗ ਚਾਨਣ ਹੋਇਆ, ਅੱਜ ਨਨਕਾਣਾ ਸਾਹਿਬ ਦੀ ਧਰਤੀ ਤੋਂ ਬੋਲਣ ਦੀ ਇੰਨੀ ਕੁ ਭਾਵੁਕ ਹੋ ਚੁੱਕਿਆ ਕਿ ਗੁਰੂ ਨਾਨਕ ਪਾਤਸ਼ਾਹ ਅੱਜ ਖੁਦ ਇਸ ਧਰਤੀ 'ਤੇ ਆਏ ਹੈ, ਔਰ ਸੰਗਤ ਵਿੱਚ ਇੰਨਾ ਕੁ ਪਿਆਰ ਉਤਸ਼ਾਹ ਹੈ ਕਿ ਸੰਗਤ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਪਰ ਇੱਕ ਆਸ ਮੈਂ ਔਰ ਕਰਦੀ ਹਾਂ ਕਿ ਵਾਹਿਗੁਰੂ ਕਿਰਪਾ ਕਰੇ ਸਾਡੀ ਕੌਮ ਵਿੱਚ ਇੰਨੇ ਕੁ ਚੜ੍ਹਦੀ ਕਲਾ ਦਾ ਹੱਥ ਰੱਖ ਕੇ ਜਾਵੇ
ਕਿ ਕੌਮ ਏਕਤਾ ਵਿੱਚ ਅਤੇ ਚੜ੍ਹਦੀ ਕਲਾ ਵਿੱਚ ਰਹੇ। ਸਾਡੇ ਕੌਮ ਵਿੱਚ ਜੋ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਖਰੇਵੇ ਖਤਮ ਹੋ ਰਹੇ ਨੇ, ਉਹ ਸਾਰੇ ਵੱਖਰੇਵੇ ਖਤਮ ਹੋ ਜਾਣ, ਅਤੇ ਅਸੀਂ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੋਵਤ ਨੀਚ ਨਾਨਕ ਤਿਨਕੇ ਸੰਗ ਸਾਥ ਵਧੀਆ ਸੁੱਖਿਆ ਨੀਸ ਰੀਸ ਉੱਥੇ ਨੀਚ ਸੰਭਾਲਿਆ ਜਿੱਥੇ ਨਜ਼ਰ ਤੇਰੀ ਬਖਸ਼ੀਸ਼। ਸੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਏਮ ਨੂੰ ਅਸੀਂ ਪੂਰਾ ਕਰ ਸਕੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਨਗਰ ਕੀਰਤਨ ਜਿਹੜਾ ਆ ਰਿਹਾ ਉਹਦਾ ਸਵਾਗਤ ਵੀ ਅਤੇ ਉਹਨਾਂ ਦਾ ਗੁਰਪੁਰਬ ਮਨਾਉਣਾ ਸਫਲਾ ਹੋਏਗਾ। ਇੱਥੇ ਸੀਆਰਪੀ ਦੀ ਸੰਗਤ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਗੋਡ ਓਨਰ ਵੀ ਕਰਨਾ ਹੈਗਾ ਅਤੇ ਨਾਲ ਹੀ ਬੜੇ ਉਤਸਾਹ ਦੇ ਨਾਲ ਇੱਥੇ ਹਿੱਸਾ ਲੈ ਰਹੇ ਨੇ। ਸਾਰਿਆਂ ਦਾ ਹੀ ਬਹੁਤ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਿਛਲੇ 94 ਦਿਨ ਤੋਂ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੌਮਾਂਤਰੀ ਨਗਰ ਕੀਰਤਨ ਆਰੰਭ ਹੋਇਆ ਸੀ, ਉਹ ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਜਲੰਧਰ ਸ਼ਹਿਰ ਦੀਆਂ ਸੰਗਤਾਂ ਵਿੱਚ ਪਹੁੰਚ ਰਿਹਾ। ਪਿੱਛੇ ਕਰਤਾਰਪੁਰ ਸ਼ਹਿਰ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਕਰਕੇ ਨਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਥਾਂ ਥਾਂ 'ਤੇ ਗੁਰੂ ਨੇ ਸੰਗਤਾਂ 'ਤੇ ਅਪਾਰ ਕਿਰਪਾ ਕੀਤੀ, ਥਾਂ ਥਾਂ ਲੰਗਰ ਲਗਾਏ ਗਏ, ਗੁਰੂ ਦੀਆਂ ਸਿੱਖ ਸੰਗਤਾਂ ਵੱਲੋਂ ਫੁੱਲਾਂ ਰਾਹੀਂ ਵਰਖਾ ਕੀਤੀ ਗਈ, ਸਜਾਵਟੀ ਗੇਟ ਬਣਾਏ ਗਏ ਔਰ ਸੰਗਤਾਂ ਵੱਲੋਂ ਆਤਿਸ਼ਬਾਜ਼ੀ ਕਰਕੇ ਗੁਰੂ ਸਾਹਿਬ ਦੀ ਆਮਦ ਦੇ ਵਿੱਚ ਖੁਸ਼ੀ ਦਾ ਇਜ਼ਹਾਰ ਕੀਤਾ। ਔਰ ਇਸ ਮੈਂ ਸਮਝਦਾ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ 550 ਸਾਲਾਂ ਸਾਨੂੰ ਦੇਖਣ ਨੂੰ ਨਸੀਬ ਹੋਇਆ। ਅਸੀਂ ਸਾਰੀਆਂ ਹੀ ਸੰਗਤਾਂ ਧੰਤਾਂ ਦੇ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਪਾਤਰ ਹਾਂ ਕਿ ਸਾਡੇ ਜੀਵਨ ਕਾਲ ਵਿੱਚ ਜੋ 550 ਸਾਲਾਂ ਸਮਾਗਮ ਆਇਆ ਇਹ ਮੈਂ ਪੂਰੀ ਸੰਗਤ ਤੋਂ 550 ਜਿਹੜਾ ਪ੍ਰਕਾਸ਼ ਉਤਸਵ ਹੈ ਉਹਦੇ 'ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਔਰ ਪੂਰੇ CRPF ਪਰਿਵਾਰ ਵੱਲੋਂ ਔਰ ਸਰਾਏ ਖਾਲਸਾ ਦੇ ਪੂਰੀ ਜਿਹੜੀ ਸੰਗਤ ਹੈ ਉਹਨਾਂ ਵੱਲੋਂ ਅਸੀਂ ਸਵਾਗਤ ਕਰਾਂਗੇ ਆਪਣੇ ਇੱਥੇ ਆਉਣ 'ਤੇ। ਔਰ ਇਸ ਮੌਕੇ 'ਤੇ ਬੈਂਡ ਔਰ ਰੁਮਾਲਾ ਸਾਹਿਬ ਪੇਂਟ ਕੀਤਾ ਜਾਏਗਾ ਔਰ ਜਿਹੜੇ 5 ਪਜਾਰੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਏਗਾ। ਔਰ ਇਸ ਇੱਕ ਹਿਸਟੋਰੀਕਲ ਮੂਮੈਂਟ ਪੂਰੇ ਸਾਡੀ ਸੰਗਤ ਲਈ ਇੱਕ ਹਿਸਟੋਰੀਕਲ ਮੂਮੈਂਟ ਹੋਏਗਾ ਔਰ ਮੈਂ ਇਸ ਮੁਬਾਰਕ ਮੌਕੇ 'ਤੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾ ਦਿੰਦਾ, ਵਧਾਈ ਦਿੰਦਾ। ਧੰਨਵਾਦ।